ਸਰ ਅਸੀਂ 5-7 ਮਿੰਟਾਂ ਲਈ ਅਸੀਂ ਰੋਡ ਤੇ ਬੈਠੇ ਸੀ, ਨਾਲ ਦੀ ਨਾਲ ਉਹਨਾਂ ਨੇ ਧੱਕਾ ਮਾਰ ਕੇ ਸਾਨੂੰ ਪਾਸੇ ਕੀਤਾ ਹੈ। ਸ਼ਾਮ ਨੂੰ ਅਸੀਂ ਜਾਗੋ ਕੱਢਾਂਗੇ, ਘਰ ਘਰ ਜਾਵਾਂਗੇ, ਇਕੱਲੇ ਸਿੱਖਿਆ ਮੰਤਰੀ ਜੀ ਦੇ ਵੀ ਘਰ ਜਾ ਕੇ ਜਾਗੋ ਕੱਢ ਕੇ ਆਵਾਂਗੇ, ਪੂਰਾ ਜਲੂਸ ਕੱਢਾਂਗੇ ਜਿੰਨਾ ਅਸੀਂ ਕੱਢ ਸਕਦੇ ਹਾਂ ਜੀ। ਇੱਕ ਪਾਸੇ 59 ETT ਅਧਿਆਪਕ ਆ ਉਹ ਧਰਨੇ ਤੇ ਬੈਠੇ ਨੇ, ਤੇ ਦੂਜੇ ਪਾਸੇ ਜਿਹੜੇ ਆ ਡਰਾਇੰਗ ਟੀਚਰ ਜਿਹੜੇ ਬੇਰੁਜ਼ਗਾਰ ਹੈਗੇ ਆ ਉਹ ਧਰਨੇ ਤੇ ਬੈਠੇ ਨੇ। ਆਪਾਂ ਨੇ ਇਹ ਵਿਸ਼ਵਾਸ ਜਤਾਇਆ ਸੀ ਕਿ ਕੁਛ ਚੰਗੀ ਸਰਕਾਰ ਆਊ, ਕੁਛ ਕਰੂਗੀ, ਪਰ ਇਹਨਾਂ ਦੇ ਵੀ ਇਹ ਝੂਠੇ ਵਾਅਦੇ ਨਿਕਲੇ ਨੇ। ਕੋਈ ਨਹੀਂ, ਸਿਰਫ ਇੱਕ ਬੈਨਰ ਲਵਾ ਦਿੰਦੇ ਨੇ ਜੀ, 1000 ਬੰਦਿਆਂ ਨੂੰ ਅਧਿਆਪਕਾਂ ਨੂੰ ਨੌਕਰੀ ਦੇਤੀ, ਆ ਹਜ਼ਾਰਾਂ ਅਧਿਆਪਕ ਅੱਜ ਰੋਡ 'ਤੇ ਬੈਠਾ। ਰੋਜ਼ ਮੀਟਿੰਗ ਕਰਦੇ ਹਾਂ, ਬੇਰੁਜ਼ਗਾਰ ਅਸੀਂ ਹੈਗੇ ਹਾਂ, ਅਸੀਂ ਹਜ਼ਾਰਾਂ ਰੁਪਏ ਦੀਆਂ ਗੱਡੀਆਂ ਕਰ ਕਦੇ ਚੰਡੀਗੜ੍ਹ, ਕਦੇ ਇਹਨਾਂ ਦੇ ਸਿੱਖਿਆ ਮੰਤਰੀ ਜੀ ਦੇ ਪਿੰਡ ਆਉਂਦੇ, ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ। ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਵੀ 10 ਦਿਨਾਂ ਦੇ ਵਿੱਚ ਤੁਹਾਡਾ ਜਿਹੜੀਆਂ ਪੁਰਾਣੀਆਂ 250 ਪੋਸਟਾਂ ਗੀ ਉਹ ਰੱਦ ਕਰਕੇ ਨਵੇਂ ਨੋਟੀਫਿਕੇਸ਼ਨ ਦੇ ਨਾਲ ਅਤੇ ਨਵੇਂ ਰੂਲਾਂ ਦੇ ਨਾਲ ਤੁਹਾਡੀਆਂ ਘੱਟੋ ਘੱਟ 1500 ਤੋਂ 2000 ਪੋਸਟ ਦੇਵਾਂਗੇ 10 ਦਿਨਾਂ ਦੇ ਵਿੱਚ। ਇੱਦਾਂ ਹੋ ਸਕਦਾ ਵੀ 10 ਦਿਨਾਂ ਦੇ ਵਿੱਚ ਇਸ ਤਰੀਕੇ ਨਾਲ ਮੰਤਰੀ ਸਾਹਿਬ ਨੇ ਤੁਹਾਨੂੰ ਕਿਹਾ ਤਾ ਵੀ ਇੰਨੀ ਛੇਤੀ ਕੁਛ ਹੋ ਜੂਗਾ? ਸਰ ਉਹੀ ਤਾਂ ਗੱਲ ਹੈ ਵੀ ਸਾਨੂੰ ਤਾਂ ਲੋਲੀਪੋਪ ਦੇ ਰਹੇ ਨੇ ਜੀ। ਸਰ ਜਿਹੜੇ ਡਰਾਇੰਗ ਮਾਸਟਰ ਹੈ ਪਿਛਲੇ ਲੰਬੇ ਸਮੇਂ ਤੋਂ ਆਰਟ ਐਂਡ ਕਰਾਫਟ ਟੀਚਰ ਨੇ ਜਿਹੜੇ ਭਰਤੀ ਨਹੀਂ ਹੋਈ 12 ਸਾਲਾਂ ਤੋਂ, ਤਾਂ ਇਸ ਸਰਕਾਰ ਨੇ ਵੀ ਸਾਨੂੰ ਲਾਰਿਆਂ 'ਚ ਹੀ ਰੱਖਿਆ। ਤਾਂ 12 ਸਾਲਾਂ ਤੁਸੀਂ ਆਪ ਸੋਚੋ ਵੀ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਸਾਡੀ, ਅਸੀਂ ਤਾਂ ਉਹਦੇ ਵੀ ਲਾਇਕ ਨਹੀਂ ਸਮਝਦੇ ਸਾਨੂੰ। ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਨੋਟ ਕਰ ਲਿਆ, ਤੁਹਾਨੂੰ ਵਿਦਇਨ 10 ਡੇਜ਼, ਮੈਂ ਸ਼ੋਰਟੀ ਦਿੰਦਾ, ਮੇਰੀ ਜ਼ਬਾਨ ਹੈ, ਮੈਂ 10 ਦਿਨਾਂ 'ਚ ਮੀਟਿੰਗ ਹੋ। ਤੁਸੀਂ ਦੇਖੋ 7 ਜੁਲਾਈ ਲੰਘੀ ਨੂੰ ਕਿੰਨਾ ਟਾਈਮ ਹੋ ਗਿਆ, ਸਾਡੇ ਕੋਲ ਕੋਈ ਮੀਟਿੰਗ ਦਾ ਨੋਟਿਸ ਨਹੀਂ ਆਇਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਤੇ ਮੈਂ ਹਾਂ ਅਮਿਤ ਸਿੰਘ ਰਾਣਾ। ਤਸਵੀਰਾਂ ਇੱਕ ਵਾਰ ਫਿਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਦੀਆਂ ਨੇ, ਜਿੱਥੇ ਆਪਾਂ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਵੱਖ ਵੱਖ ਅਧਿਆਪਕ ਜਿਹੜੇ ਜਥੇਬੰਦੀਆਂ ਸੀਗੀਆਂ ਇੱਥੇ ਧਰਨੇ 'ਤੇ ਬੈਠੀਆਂ ਸੀ। ਮੁੜ ਤੋਂ ਜਿਹੜਾ ਇਹ ਇੱਕ ਪਾਸੇ 59 ETT ਅਧਿਆਪਕ ਆ ਉਹ ਧਰਨੇ 'ਤੇ ਬੈਠੇ ਨੇ, ਅਤੇ ਦੂਜੇ ਪਾਸੇ ਜਿਹੜੇ ਆ ਡਰਾਇੰਗ ਟੀਚਰ ਜਿਹੜੇ ਬੇਰੁਜ਼ਗਾਰ ਹੈਗੇ ਆ ਉਹ ਧਰਨੇ 'ਤੇ ਬੈਠੇ ਨੇ। ਇਹਨਾਂ ਦਾ ਕੀ ਕਹਿਣਾ ਹੈ? ਇਹ ਕਹਿੰਦੇ ਨੇ ਕਿ ਅਸੀਂ ਟੈਟ ਵੀ ਪਾਸ ਕਰ ਚੁੱਕੇ ਹਾਂ ਪਰ ਫਿਰ ਵੀ ਸਾਨੂੰ ਜਿਹੜਾ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਜਾ ਰਿਹਾ। ਗੱਲਬਾਤ ਜ਼ਰੂਰ ਕਰਾਂਗੇ ਬਾਈ ਜੀ। ਕੀ ਲੱਗਦਾ ਧਰਨੇ ਬੜੇ ਲੰਬੇ ਸਮੇਂ ਤੋਂ ਜਦੋਂ ਸਰਕਾਰ ਬਣੀ ਆ ਉਹ ਤੋਂ 5-4 ਮਹੀਨੇ ਬਾਅਦ ਇੱਥੋਂ ਧਰਨੇ ਸ਼ੁਰੂ ਹੋ ਗਏ, ਅੱਜ ਤੁਸੀਂ ਧਰਨਾ ਲਾ ਦਿੱਤਾ, ਕੀ ਕਾਰਨ ਹੋ ਗਿਆ? ਦੇਖੋ ਜੀ, ਸਰਕਾਰ ਦੇ ਸਾਰੇ ਵਾਅਦੇ
ਆਪਾਂ ਨੇ ਇਹ ਵਿਸ਼ਵਾਸ ਜਤਾਇਆ ਸੀ ਕਿ ਕੁਛ ਚੰਗੀ ਸਰਕਾਰ ਆਊ, ਕੁਛ ਕਰੂਗੀ, ਪਰ ਇਹਨਾਂ ਦੇ ਵੀ ਇਹ ਝੂਠੇ ਵਾਅਦੇ ਨਿਕਲੇ ਨੇ। ਕੋਈ ਨਹੀਂ, ਸਿਰਫ ਇੱਕ ਬੈਨਰ ਲਵਾ ਦਿੰਦੇ ਨੇ ਜੀ, ਇੰਨੇ ਹਜ਼ਾਰ ਬੰਦਿਆਂ ਨੂੰ ਅਧਿਆਪਕਾਂ ਨੂੰ ਨੌਕਰੀ ਦੇਤੀ, ਹਜ਼ਾਰਾਂ ਅਧਿਆਪਕ ਅੱਜ ਰੋਡ 'ਤੇ ਬੈਠਾ ਸਿੱਖਿਆ ਮੰਤਰੀ ਜੀ ਦੇ ਪਿੰਡ, ਤਾਂ ਇਹਨਾਂ ਨੂੰ ਸੜਕਾਂ 'ਤੇ ਆਉਣ ਦੀ ਲੋੜ ਨਹੀਂ ਹੈਗੀ। ਇਹ ਸੜਕਾਂ 'ਤੇ ਤਾਂ ਆਏ ਨੇ ਜੇ ਇਹਨਾਂ ਦੀਆਂ ਸਾਰੀਆਂ ਕੁਆਲੀਫਿਕੇਸ਼ਨਸ ਪੂਰੀਆਂ ਨੇਗੀਆਂ, ਸਾਰੇ ਇਹਨਾਂ ਕੋਲ ਅਧਿਕਾਰ ਨੇ, ਪਰ ਸਰਕਾਰ ਆਪਦਾ ਪਲੜਾ ਝਾੜ ਰਹੀ ਹੈ। ਅਸੀਂ ਪੀ ਟੈਟ ਪਾਸ ਕਰ ਚੁੱਕੇ ਹਾਂ, 2.5 ਸਾਲ ਹੋ ਗਿਆ ਸਾਨੂੰ ਪੀ ਟੈਟ ਪਾਸ ਕਰਨ ਨੂੰ, ਪਰ ਪੰਜਾਬ ਸਰਕਾਰ ਸਾਨੂੰ ਕੋਈ ਵੀ ਇਸ ਦਾ ਰਿਜ਼ਲਟ ਨਹੀਂ ਦੇ ਰਹੀ। ਰੋਜ਼ ਮੀਟਿੰਗ ਕਰਦੇ ਹਾਂ, ਬੇਰੁਜ਼ਗਾਰ ਅਸੀਂ ਹੈਗੇ ਹਾਂ, ਅਸੀਂ ਹਜ਼ਾਰਾਂ ਰੁਪਏ ਦੀਆਂ ਗੱਡੀਆਂ ਕਰ ਕਦੇ ਚੰਡੀਗੜ੍ਹ, ਕਦੇ ਇਹਨਾਂ ਦੇ ਸਿੱਖਿਆ ਮੰਤਰੀ ਜੀ ਦੇ ਪਿੰਡ ਆਉਂਦੇ, ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ। ਤੁਸੀਂ ਕਿਹਾ ਮੀਟਿੰਗਾਂ 'ਚ ਹੱਲ ਨਹੀਂ ਹੁੰਦਾ, ਫਿਰ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਅਸੀਂ ਹੱਲ ਕਰਾਂਗੇ, ਸਾਡੇ ਕੋਲ ਆਓ ਬੈਠੋ, ਬੈਠ ਕੇ ਹੱਲ ਹੋਊਗਾ। ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਸੀ ਵੀ ਬੈਠ ਕੇ ਹੱਲ ਕਰਾਂਗੇ। ਨਹੀਂ ਨਹੀਂ ਜੀ, ਕੋਈ ਮਸਲਾ ਹੱਲ ਨਹੀਂ ਹੁੰਦਾ, ਸਭ ਝੂਠੇ ਵਾਅਦੇ ਨੇ ਇਹਨਾਂ ਦੇ। ਜਿਹੜੇ ਇਹ ਦੂਜਿਆਂ ਨੂੰ ਕਹਿੰਦੇ ਸੀ ਵੀ ਇਹ ਪੀਪਾ ਮੰਤਰੀ ਆ, ਇਹ ਖੁਦ ਆਪ ਸਾਬਤ ਹੋ ਰਹੇ ਨੇ, ਇਹਨਾਂ ਦਾ ਰਿਜ਼ਲਟ 0 ਹੈ। ਸਿਰਫ ਇੱਕ ਬੈਨਰਾਂ ਦੇ ਨਾਲ ਇਹ ਸ਼ੋਅ ਨਹੀਂ ਕੀਤਾ ਜਾ ਸਕਦਾ ਕਿ ਅਧਿਆਪਕ ਭਰਤੀ ਕੀਤੇ ਨੇ। ਅਧਿਆਪਕ ਆ ਸੜਕਾਂ 'ਤੇ ਦਿਖ ਰਹੇ ਨੇ ਅੱਜ ਤੁਹਾਨੂੰ ਸਾਰਿਆਂ ਨੂੰ, ਇਹ ਰੋਡ 'ਤੇ ਹਜ਼ਾਰਾਂ ਅਧਿਆਪਕ ਅੱਜ ਇਸ ਪਿੰਡ ਦੇ ਵਿੱਚ ਹੈ, ਗੰਭੀਰਪੁਰ ਦੇ ਵਿੱਚ, ਤੁਸੀਂ ਆਪ ਦੇਖ ਸਕਦੇ ਹੋ ਇੱਥੇ। ਲੱਗਦਾ ਨਹੀਂ ਬਾਈ ਜੀ, ਜਿਸ ਤਰੀਕੇ ਨਾਲ ਆਪਾਂ ਸੜਕ 'ਤੇ ਬੈਠੇ ਹਾਂ, ਲੱਗਦਾ ਨਹੀਂ ਇਹ ਮੰਤਰੀ ਸਾਹਿਬ ਉਹਨਾਂ ਦੀ ਕੋਠੀ ਦਾ ਘਰਾਓ ਕਰੀਏ, ਜਾ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰੀਏ। ਗਏ ਸੀ ਜੀ ਕੋਠੀ ਦੇ ਘਰਾ ਕਰਨ ਨੂੰ, ਗਏ ਸੀ ਅੱਜ ਸ਼ਾਮ ਨੂੰ, ਅਸੀਂ ਜਾਗੋ ਕੱਢਾਂਗੇ, ਘਰ ਘਰ ਜਾਵਾਂਗੇ, ਇਕੱਲੇ ਸਿੱਖਿਆ ਮੰਤਰੀ ਜੀ ਦੇ ਵੀ ਘਰ ਜਾ ਕੇ ਜਾਗੋ ਕੱਢ ਕੇ ਆਵਾਂਗੇ, ਪੂਰਾ ਜਲੂਸ ਕੱਢਾਂਗੇ ਜਿੰਨਾ ਅਸੀਂ ਕੱਢ ਸਕਦੇ ਹਾਂ ਜੀ। ਬਿਲਕੁਲ ਜੀ, ਇਸ ਤੋਂ ਇਲਾਵਾ ਹੋਰ ਵੀ ਟੀਚਰ ਨਾਲ ਹਾਜ਼ਰ ਨੇ। ਬਾਈ ਜੀ, ਤੁਸੀਂ ਕਦੋਂ ਦਾ ਜਿਹੜਾ ਆਪਣੀ ਭਰਤੀ ਨੂੰ ਦੇਖ ਰਹੇ ਹੋ? ਸਰ 12 ਸਾਲ ਹੋ ਗਏ, ਕੋਈ ਵੀ ਭਰਤੀ ਨਹੀਂ ਨਿਕਲੀ ਹੈਗੀ। ਜਿਹੜੀ 3 ਸਾਲ ਪਹਿਲਾਂ ਇੱਕ ਭਰਤੀ ਨਿਕਲੀ, 250 ਪੋਸਟਾਂ ਨਿਕਲੀਆਂ ਸੀ, ਪਰ ਉਹ ਹਾਇਰ ਐਜੂਕੇਸ਼ਨ 'ਤੇ ਨਿਕਲੀਆਂ ਸੀਗੀਆਂ, ਜਦਕਿ ਸਾਡੀ ਮੰਗ ਹੈਗੀ 10ਵੀਂ ਪਲੱਸ ਡਿਪਲੋਮਾ ਪਲੱਸ ਪੀ ਐੱਸ ਟੈਟ ਪਾਸ। ਠੀਕ ਹੈ, ਅਸੀਂ ਉਸ ਬੇਸ 'ਤੇ ਲੜ ਰਹੇ ਹਾਂ ਜੀ, ਆਪਦੀਆਂ ਮੰਗਾਂ ਉਸ ਬੇਸ 'ਤੇ ਅਸੀਂ ਮੰਗਵਾਉਣੀਆਂ ਨੇ। ਮੰਤਰੀ ਸਾਹਿਬ ਕੀ ਕਹਿੰਦੇ ਆ ਜਦੋਂ ਤੁਸੀਂ ਗੱਲ ਨਹੀਂ ਹੋਈ? ਅਸੀਂ ਸਰ 9 ਤਰੀਕ ਨੂੰ ਗਏ ਸੀਗੇ ਚੰਡੀਗੜ੍ਹ ਦੇ ਵਿੱਚ, ਉਹਨਾਂ ਨਾਲ ਮੀਟਿੰਗ ਹੋਈ ਆ, ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਵੀ 10 ਦਿਨਾਂ ਦੇ ਵਿੱਚ ਤੁਹਾਡਾ ਜਿਹੜੀਆਂ ਪੁਰਾਣੀਆਂ 250 ਪੋਸਟਾਂ ਗੀ ਉਹ ਰੱਦ ਕਰਕੇ ਨਵੇਂ ਨੋਟੀਫਿਕੇਸ਼ਨ ਦੇ ਨਾਲ ਅਤੇ ਨਵੇਂ ਰੂਲਾਂ ਦੇ ਨਾਲ ਤੁਹਾਡੀਆਂ ਘੱਟੋ ਘੱਟ 1500 ਤੋਂ 2000 ਪੋਸਟਾਂ ਦੇਵਾਂਗੇ 10 ਦਿਨਾਂ ਦੇ ਵਿੱਚ। ਇੱਦਾਂ ਹੋ ਸਕਦਾ ਵੀ 10 ਦਿਨਾਂ ਦੇ ਵਿੱਚ ਇਸ ਤਰੀਕੇ ਨਾਲ ਮੰਤਰੀ ਸਾਹਿਬ ਨੇ ਤੁਹਾਨੂੰ ਕਹਿਤਾ ਵੀ ਇੰਨੀ ਛੇਤੀ ਕੁਛ ਹੋ ਜਾਊਗਾ? ਸਰ ਉਹੀ ਤਾਂ ਗੱਲ ਹੈ ਵੀ ਸਾਨੂੰ ਤਾਂ ਲੋਲੀਪੋਪ ਦੇ ਰਹੇ ਨੇ ਜੀ। ਠੀਕ ਹੈ ਜੀ, ਕੋਈ ਹੱਲ ਨਹੀਂ ਹੋਇਆ ਸਾਡਾ, ਤਾਂ ਕਰਕੇ ਅਸੀਂ ਦੁਬਾਰਾ ਇੱਥੇ ਆਏ ਹਾਂ ਜੀ, ਇੰਨੀ ਦੂਰ ਤੋਂ ਆਏ ਹਾਂ ਜੀ ਅਸੀਂ। ਬਿਲਕੁਲ ਜੀ, ਹੋਰ ਵੀ ਅਧਿਆਪਕ ਹਾਜ਼ਰ ਨੇ, ਗੱਲਬਾਤ ਜ਼ਰੂਰ ਕਰਾਂਗੇ। ਬਾਈ ਜੀ, ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਅਸੀਂ ਪੰਜਾਬ ਤੋਂ ਸਰ, ਪੰਜਾਬ ਤੋਂ ਜੀ, ਡਿਸਟ੍ਰਿਕਟ ਮਾਨਸਾ। ਡਿਸਟ੍ਰਿਕਟ ਮਾਨਸਾ ਤੋਂ? ਹਾਂਜੀ ਹਾਂਜੀ ਹਾਂਜੀ। ਕਦੋਂ ਤੁਸੀਂ ਕਦੋਂ ਤੇ ਨੌਕਰੀ ਮੰਗ ਰਹੇ ਆ? ਸਾਡਾ ਮੇਰਾ ਕੋਰਸ 2014 ਦਾ ਕੀਤਾ ਹੋਇਆ, ਬਟ ਮੈਨੂੰ ਹੋਪ ਸੀਗੀ ਵੀ ਮੈਨੂੰ ਕੋਰਸ ਤੋਂ ਬਾਅਦ ਜੋਬ ਮਿਲ ਜਾਏਗੀ, ਬਟ ਇਹ ਆਪਣੇ ਪੋਸਟਾਂ ਹੀ ਆਪਣੇ 12 ਸਾਲ ਬਾਅਦ ਆਈਆਂ ਨੇ, ਔਰ 12 ਸਾਲ ਬਾਅਦ ਕੱਢੀਆਂ ਵੀ ਕਿੰਨੀਆਂ 250 ਪੋਸਟਾਂ, ਔਰ ਹਾਇਰ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਕੱਢਤੀਆਂ। ਉਸ ਤੋਂ ਬਾਅਦ ਇਹਨਾਂ ਨੇ ਪੀ ਐੱਸ ਟੈਟ ਲਾਤਾ, ਪੀ ਐੱਸ ਟੈਟ ਵੀ ਅਸੀਂ ਕਲੀਅਰ ਕਰ ਲਿਆ, ਕਲੀਅਰ ਕਰਨ ਤੋਂ ਬਾਅਦ ਅਸੀਂ 1.5 ਸਾਲ ਮੰਗੂ ਫਰੀ ਬੈਠੇ ਰਹੇ, ਅਤੇ ਉਹਨਾਂ ਨੇ ਕੁਛ ਵੀ ਕੋਈ ਨੋਟੀਫਿਕੇਸ਼ਨ ਨਹੀਂ ਕੱਢਿਆ, ਕੁਛ ਵੀ ਨਹੀਂ ਕੱਢਿਆ। ਹੁਣ ਅਸੀਂ ਇਹੀ ਬੀੜਾ ਅਪਣਾਇਆ, ਆਪਣੇ 250 ਪੋਸਟਾਂ ਰੱਦ ਕਰਾ ਕੇ ਨਵੀਂ ਪੋਸਟਾਂ ਕਢਵਾ ਕੇ, ਔਰ ਜਿਹੜੇ ਪੁਰਾਣੇ ਰੂਲਾਂ ਦੇ ਹਿਸਾਬ ਨਾਲ ਪੋਸਟਾਂ ਕੀਤੀਆਂ ਸੀ 250, ਉਹ ਆਪਣੇ ਚੇਂਜ ਕਰਵਾਉਣ ਦੇ ਉੱਤੇ ਵੀ ਉਹ ਵੀ ਉਹਨਾਂ ਨੇ ਸਰ ਨੇ ਕਿਹਾ ਸੀਗਾ ਵੀ ਕਰਾਂਗੇ ਅਸੀਂ। ਬਿਲਕੁਲ ਜੀ, ਇਸ ਤੋਂ ਇਲਾਵਾ ਹੋਰ ਟੀਚਰ ਹਾਜ਼ਰ ਨੇ। ਮੈਮ, ਕੀ ਲੱਗਦਾ ਵੀ ਅੱਜ ਇੱਥੇ ਬੈਠੇ ਹੋ ਗੰਭੀਰਪੁਰ ਆ ਕੇ ਕੋਈ ਹੱਲ ਨਿਕਲਦਾ ਕੋਈ ਨਜ਼ਰ ਆ ਰਿਹਾ ਕਿ ਪਿਛਲੇ ਜਿਵੇਂ ਇਹਨਾਂ ਨੇ ਕਿਹਾ ਮੀਟਿੰਗਾਂ ਹੋਈਆਂ ਜ਼ਰੂਰ ਹੈ, ਵਿਸ਼ਵਾਸ ਮਿਲਿਆ, ਭਰੋਸਾ ਮਿਲਿਆ, ਲੱਗਦਾ ਕੋਈ ਚਾਂਸ ਮਿਲੂਗਾ? ਸਰ ਜਿਹੜੇ ਡਰਾਇੰਗ ਮਾਸਟਰ ਹੈ ਪਿਛਲੇ ਲੰਬੇ ਸਮੇਂ ਤੋਂ ਆਰਟ ਐਂਡ ਕਰਾਫਟ ਟੀਚਰ ਨੇ ਜਿਹੜੇ ਭਰਤੀ ਨਹੀਂ ਹੋਈ 12 ਸਾਲਾਂ ਤੋਂ, ਤਾਂ ਇਸ ਸਰਕਾਰ ਨੇ ਵੀ ਸਾਨੂੰ ਲਾਰਿਆਂ 'ਚ ਹੀ ਰੱਖਿਆ। ਠੀਕ ਹੈ, ਤਾਂ ਮਤਲਬ ਪਿਛਲੇ 1.5 ਸਾਲ ਪਹਿਲਾਂ ਸਾਡਾ ਟੈਸਟ ਹੋ ਗਿਆ ਸੀ, ਇਹਨਾਂ ਨੇ ਕਿਹਾ ਸੀ ਤੁਸੀਂ ਇੱਕ ਟੈਸਟ ਹੈ ਸਾਰਿਆਂ ਲਈ ਲਾਗੂ ਹੋਊਗਾ, ਪੀ ਟੈਟ ਤੁਸੀਂ ਕਲੀਅਰ ਕਰੋ ਅਤੇ ਤੁਹਾਨੂੰ ਉਦੋਂ ਬਾਅਦ ਲਗਾ ਦੇਵਾਂਗੇ।
ਠੀਕ ਹੈ। ਅਤੇ ਪਰ ਇਹਨਾਂ ਨੇ ਕੀ ਕੀਤਾ, ਡੇਢ ਸਾਲ ਹੋ ਗਿਆ ਸਾਨੂੰ ਟੈਸਟ ਕਲੀਅਰ ਕੀਤੀਆਂ ਨੂੰ, ਪਰ ਹਜੇ ਤੱਕ ਸਾਡਾ ਮਤਲਬ ਕੋਈ ਹੱਲ ਨਹੀਂ ਕੀਤਾ, ਕੋਈ ਸਾਡੀ ਪੋਸਟਾਂ ਦੇ ਰਿਗਾਰਡਿੰਗ ਕੋਈ ਨੋਟੀਫਿਕੇਸ਼ਨ ਨਹੀਂ ਕੱਢਿਆ ਗਿਆ, ਠੀਕ ਹੈ। ਤਾਂ 12 ਸਾਲਾਂ ਤੁਸੀਂ ਆਪ ਸੋਚੋ ਵੀ 12 ਸਾਲਾਂ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ ਸਾਡੀ, ਅਸੀਂ ਤਾਂ ਉਹਦੇ ਵੀ ਲਾਇਕ ਨਹੀਂ ਸਮਝਦੇ ਸਾਨੂੰ ਇਹ ਸਰਕਾਰ ਜਿਹਦੇ ਆਉਣ 'ਤੇ ਅਸੀਂ 92 'ਚ ਤਾਂ ਆਏ ਸੀ, ਆਪਾਂ ਨੂੰ ਵੀ ਪਤਾ ਵੀ ਇਕੱਲੇ ਇਕੱਲੇ ਬੰਦੇ ਦੀ ਵੋਟ ਇਹਨਾਂ ਨੂੰ ਗਈ ਹੈ, ਠੀਕ ਹੈ। ਸਾਨੂੰ ਆਸ ਸੀ ਇਸ ਸਰਕਾਰ ਤੋਂ ਕਿ ਇਹ ਪੋਸਟਾਂ ਕੱਢੂਗੀ ਸਾਡੇ ਲਈ, ਠੀਕ ਹੈ। ਕੇਕ ਇਹਨਾਂ ਦੇ ਜਦੋਂ ਇਹ ਸਰਕਾਰ ਬਣੀ ਹੈ ਕੇਕ ਕੱਟੇ, ਮਤਲਬ ਖੁਸ਼ੀਆਂ ਮਨਾਈਆਂ ਗਈਆਂ, ਅਸੀਂ ਖੁਦ ਮਨਾਈਆਂ, ਪਰ ਹੁਣ ਅਸੀਂ ਬੇਵਸ ਹਾਂ, ਸੜਕਾਂ 'ਤੇ ਬੈਠਣ ਲਈ ਮਜਬੂਰ ਹਾਂ ਕਿਉਂਕਿ ਸਾਡੀ ਸੁਣੀ ਨਹੀਂ ਜਾ ਰਹੀ। ਮੀਟਿੰਗਾਂ ਇਦੋਂ ਪਹਿਲਾਂ ਅਸੀਂ ਬਹੁਤ ਕਰ ਚੁੱਕੇ ਹਾਂ, 7 ਜੁਲਾਈ ਨੂੰ ਸਾਡੀ OSD ਸਾਹਿਬ, ਮੁੱਖ ਮੰਤਰੀ ਦੇ OSD ਸਾਹਿਬ ਜੀ ਨਾਲ ਮੀਟਿੰਗ ਹੋਈ ਸੀ, ਉਹਨਾਂ ਨੇ ਕਿਹਾ ਤੁਹਾਨੂੰ ਮੀਟਿੰਗ ਆ ਜਾਏਗੀ, ਅਸੀਂ ਕਿਹਾ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਾ ਦਿਓ, ਅਸੀਂ ਸਿੱਖਿਆ ਮੰਤਰੀ ਸਾਹਿਬ ਨਾਲ ਬਹੁਤ ਮੀਟਿੰਗਾਂ ਕਰ ਲਈਆਂ, ਸਾਡਾ ਕੋਈ ਹੱਲ ਨਹੀਂ ਹੈਗਾ ਆਰਟ ਐਂਡ ਕਰਾਫਟ ਦਾ, ਠੀਕ ਹੈ। ਬਟ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਨੋਟ ਕਰ ਲਿਆ, ਤੁਹਾਨੂੰ ਵਿਦਇਨ 10 ਡੇਜ਼ ਮੈਂ ਸ਼ੋਰਟੀ ਦਿੰਦਾ, ਮੇਰੀ ਜ਼ਮਾਨ ਹੈ, ਮੈਂ 10 ਦਿਨਾਂ 'ਚ ਮੀਟਿੰਗ ਹੋ, ਤੁਸੀਂ ਦੇਖੋ 7 ਜੁਲਾਈ ਲੰਘੀ ਨੂੰ ਕਿੰਨਾ ਟਾਈਮ ਹੋ ਗਿਆ, ਸਾਡੇ ਕੋਲ ਕੋਈ ਮੀਟਿੰਗ ਦਾ ਨੋਟਿਸ ਨਹੀਂ ਆਇਆ। ਬਿਲਕੁਲ ਜੀ, ਜਿਸ ਤਰੀਕੇ ਨਾਲ ਟੀਚਰ ਜਿਹੜੇ ਆ ਇੱਥੇ ਧਰਨੇ 'ਤੇ ਆ ਕੇ ਬੈਠੇ ਨੇ, ਬੇਸ਼ੱਕ ਆਪਾਂ 68-94 ਦੀ ਪਹਿਲਾਂ ਵੀ ਗੱਲ ਕੀਤੀ ਹੈ, ਹੁਣ ਡਰਾਇੰਗ ਟੀਚਰਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਕਹਿਣਾ ਹੈ ਕਿ 10-10, 12-12 ਸਾਲਾਂ ਤੋਂ ਕੋਰਸ ਕਰਕੇ ਜਿਹੜੇ ਹੈ ਘਰਾਂ ਦੇ ਵਿੱਚ ਵਿਹਲੇ ਬੈਠੇ ਨੇ। ਮਾਪਿਆਂ ਨੂੰ ਵੀ ਆਸ ਹੁੰਦੀ ਹੈ ਕਿ ਬੱਚੇ ਪੜ੍ਹ ਲੈ ਗਏ ਨੇ ਅਤੇ ਕੋਰਸ ਕਰਾ ਦਿੱਤੇ ਗਏ ਨੇ, ਪਰ ਆਸ ਹੁੰਦੀ ਹੈ ਕਿ ਕਿਸੇ ਪਾਸੇ ਨੌਕਰੀ ਲੱਗ ਜਾਵੇ। ਪਰ ਜਿਸ ਤਰੀਕੇ ਨਾਲ ਇਹ ਅਧਿਆਪਕ ਇੱਥੇ ਆ ਕੇ ਧਰਨੇ 'ਤੇ ਬੈਠੇ ਨੇ, ਸੜਕਾਂ ਦੇ ਉੱਤੇ ਰੁੜ ਰਹੇ ਨੇ, ਇਸ ਤੋਂ ਇਹ ਲੱਗਦਾ ਕਿ ਅੱਜ ਵੀ ਜਿਹੜੇ ਇਹ ਨੌਜਵਾਨ ਹੈ ਉਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੋਰਸਾਂ 'ਤੇ ਜਾਣਗੇ, ਉਹ ਵੀ ਇਹ ਸੋਚਣਗੇ ਕਿ ਇਹਨਾਂ ਉਹਨਾਂ ਦੇ ਆਉਣ ਵਾਲੇ ਦਿਨ ਕਿਸ ਤਰ੍ਹਾਂ ਦੇ ਤਰੀਕੇ ਦੇ ਹੋਣਗੇ, ਕਿਉਂਕਿ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ, ਜੇ ਤਾਂ ਉਹਨਾਂ ਕੋਲ ਇੰਨੀ ਨੌਕਰੀ ਹੈ ਤਾਂ ਉਸ ਤਰੀਕੇ ਨਾਲ ਜਿਹੜਾ ਇਹਨਾਂ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਤਾਂ ਜੋ ਜਿਹੜੇ ਅਧਿਆਪਕ ਹੈ ਉਹ ਸੜਕਾਂ 'ਤੇ ਨਾ ਰੁਲਣ। ਕੈਮਰਾ ਮਨਦੀਪ ਰਾਣਾ ਦੇ ਨਾਲ ਬੁੱਧ ਸਿੰਘ ਰਾਣਾ, ਪੰਜਾਬੀ ਲੋਕ ਚੈਨਲ, ਸ਼੍ਰੀ ਅਨੰਦਪੁਰ ਸਾਹਿਬ।